ये मुख्यमंत्री दे साडे बयान है, पंजाब तां सुधर गया हुण असीं पूरे देश नूं सुधारन चले आ। ओ यार रब दी खैर मन्नो, ये देश नूं ना कर दिओ इह जिहा, किते उहीं ना मार दिओ सानूं। ਆ ਜੋ ਪਾਰੀਆਂ ਵੱਲੋਂ ਬਠਿੰਡੇ ਨੂੰ ਬੰਦ ਕਰਕੇ ਬਠਿੰਡਾ ਦੇ ਪ੍ਰਸਿੱਧ ਹਨੂਮਾਨ ਚੌਂਕ ਦੇ ਵਿੱਚ ਧਰਨਾ ਦਿੱਤਾ ਗਿਆ। ਸਾਡੇ ਘਰ ਦੇ ਜਵਾਕਾਂ ਨੂੰ ਤੁਸੀਂ ਮਾਰੀ ਜਾਂਦੇ ਹੋ, ਇਸ ਤੋਂ ਵਧੀਆ ਹੋਰ ਬਦਲਾਵ ਕੀ ਭਲਾ ਲੱਗਦਾ ਵੀਰੇ? ਆਮ ਲੋਕਾਂ ਦੀ ਸਰਕਾਰ, ਆਮ ਲੋਕਾਂ ਦੀ ਸਰਕਾਰ ਨਹੀਂ ਹੈ ਜੀ, ਇਹ ਖਾਸ ਲੋਕ ਹੈ ਜਿਹੜੇ ਆਮ ਲੋਕ ਕਹਿ ਕੇ ਆ ਚੁੱਕੇ ਆ, ਲੇਕਿਨ ਹੁਣ ਜਾਣ ਲੱਗੇ ਆਮ ਬਣ ਕੇ ਜਾਣਗੇ, ਇਹ ਪੱਕੀ ਗੱਲ। ਅੱਜ ਪੰਜਾਬ ਦੇ ਵਪਾਰੀ ਨੂੰ ਘਰੋਂ ਨਿਕਲਣਾ ਹੋਵੇ, ਚਾਹੇ ਦੁਕਾਨ 'ਤੇ ਜਾਣਾ ਹੋਵੇ, ਚਾਹੇ ਦੁਕਾਨ ਤੋਂ ਘਰੇ ਜਾਣਾ ਹੋਵੇ, ਉਹਨੂੰ ਇਹੀ ਲੱਗਦਾ ਵੀ ਪਤਾ ਨਹੀਂ ਕੀ ਹੋਊਗਾ ਆਉਣ ਵਾਲਾ 84 ਵਾਲਾ ਯੁੱਗ, ਜਿਹੜਾ ਦੁਬਾਰਾ 84 ਵੇਲੇ ਵੀ ਇਹੋ ਜਿਹਾ ਦਰਦ ਨਹੀਂ ਹੁੰਦਾ ਸੀ। ਸਾਡੇ ਸ਼ਹਿਰ ਦੇ ਵਿੱਚ ਇੱਕ MLA, ਉਹ ਤੋਂ ਬਾਅਦ ਸੱਤ ਸਾਡੇ ਚੇਅਰਮੈਨ ਬਣਾਏ, ਅਤੇ ਮੈਨੂੰ ਨਹੀਂ ਲੱਗਦਾ ਅੱਜ ਕਿਸੇ ਵੀ ਕੋਈ ਉਹਦੇ ਘਰੇ, ਯਾਰ ਜਿਹਦੇ ਘਰੇ ਬੰਦਾ ਮਾਰਿਆ, ਇਹਦਾ ਮਤਲਬ ਤੁਸੀਂ ਤਾਂ ਨਹੀਂ ਮਾਰਿਆ ਯਾਰ, ਤੁਸੀਂ ਘੱਟੋ ਘੱਟ ਅਫਸੋਸ ਕਰਨ ਤਾਂ ਆਓ ਯਾਰ। ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਇਹ ਕਹਿੰਦੇ ਨੇ ਕਿ 3 ਕਰੋੜ ਪੰਜਾਬੀ ਉਹਨਾਂ ਦਾ ਪਰਿਵਾਰ ਹੈ, ਪਰ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਗੋਲੀ ਚੱਲੀ ਹੈ, ਇੱਕ ਵਪਾਰੀ ਦਾ ਕਤਲ ਹੋਇਆ। ਉਹ ਕਤਲ ਤੋਂ ਬਾਅਦ ਹਾਲੇ ਤੱਕ ਮੁੱਖ ਮੰਤਰੀ ਦੀ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਆਉਂਦੀ। 1 ਨਵੰਬਰ ਵਾਲੀਆਂ ਉਹ ਥਾਪੀਆਂ ਮਾਰ ਰਹੇ ਨੇ, ਪਰ ਪੰਜਾਬ ਦੀ ਜ਼ਮੀਨੀ ਹਕੀਕਤ ਕੀ ਹੈ ਤੁਹਾਨੂੰ ਦਿਖਾ ਦਿੰਦੇ ਹਾਂ। ਬਠਿੰਡਾ ਦੇ ਮੇਨ ਬਾਜ਼ਾਰ ਹੈ, ਸਾਰੇ ਜਿਹੜੇ ਆ ਬੰਦ ਪਏ ਆ। ਇਹ ਸਰਕਾਰਾਂ ਜਿਹੜੀਆਂ ਅੱਜ ਕਹੀਆਂ ਨੇ ਨਾ ਤੁਹਾਡੇ ਕੋਲ, ਆਹ ਸਰਕਾਰ ਨੇ 70 ਸਾਲ ਕੁਛ ਨਹੀਂ ਕਰਿਆ, ਉਹ ਯਾਰ ਜਿਹੜੀ ਸਟੇਜ 'ਤੇ ਖੜ ਕੇ ਗਈ ਹੈ ਨਾ, ਉਹ ਸਟੇਜ ਵੀ ਉਹ ਪਿਛਲੀ ਸਰਕਾਰ ਨੇ ਬਣਾਈ ਸੀ। ਜਿਹੜੇ ਹੈਲੀਕਾਪਟਰ 'ਤੇ ਤੁਸੀਂ ਤੁਰੇ ਫਿਰਦੇ ਹੋ, ਉਹ ਸਰਕਾਰ ਦੇ ਪਿਛਲੀ ਸਰਕਾਰਾਂ ਦੇ ਲਈ ਹੱਥੇ ਹੋਏ। ਜਿਹੜੇ ਹੈਲੀਪੈਡ 'ਤੇ ਤੁਸੀਂ ਉਤਰੇ ਹੋ ਨਾ, ਤੁਹਾਡੇ ਤੋਂ ਹੈਲੀਪੈਡ ਹੀ ਨਹੀਂ ਬਣਿਆ ਅੱਜ ਤੱਕ, ਤੁਸੀਂ ਹੋਰ ਕੀ ਗੱਲਾਂ ਕਰੋਗੇ? ਜਿਹੜੀਆਂ ਸਰਕਾਰਾਂ ਜਿਹੜੀਆਂ ਵਪਾਰੀਆਂ ਦੇ ਸੈਕਟਾਂ ਦੇ ਟੈਕਸਾਂ 'ਤੇ ਚੱਲਦੀਆਂ, ਜਿਹੜੀਆਂ ਰੀੜ ਦੀ ਹੱਡੀ ਵਪਾਰੀਆਂ ਨੂੰ ਮੰਨਦੀਆਂ, ਅੱਜ ਉਹ ਰੀੜ ਦੀ ਹੱਡੀ ਨੂੰ ਭੁੱਲ ਕੇ ਉਹਨਾਂ ਦੇ ਨਾ ਕਹਿੰਦੇ ਖਾਬ ਖਿਆਲਾਂ 'ਚ ਜਦੋਂ ਕੁਰਸੀ ਮਿਲ ਜਾਂਦੀ ਹੈ ਨਾ, ਤਾਂ ਇਹ ਚੀਜ਼ਾਂ ਖਤਮ ਹੋ ਜਾਂਦੀਆਂ। ਪੰਜਾਬ ਦੇ ਵਿੱਚ ਆਏ ਦਿਨ ਕਿਤੇ ਨਾ ਕਿਤੇ ਗੈਂਗਵਾਰ, ਕਿਤੇ ਗੋਲੀ, ਕਿਸੇ ਤਰੀਕੇ ਨਾਲ ਵਪਾਰੀ ਦਾ ਕਤਲ, ਪਰ ਪੰਜਾਬ ਦੇ ਗ੍ਰਹਿ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਕੋਲ ਮਹਿਕਮਾ ਹੈ, ਉਹ ਇਸ ਮੁੱਦੇ ਦੇ ਉੱਤੇ ਚੁੱਪ ਕਿਉਂ ਬੈਠੇ ਨੇ? ਇਹ ਗੱਲ ਵਾਰ ਵਾਰ ਲੋਕਾਂ ਨੂੰ ਖੜਕ ਰਹੀ ਹੈ। ਪਹਿਲੀ ਸਰਕਾਰ ਹੈ ਜਿਹੜੀ 2 ਸਾਲਾਂ 'ਚ ਇੱਕ ਵੀ ਵਪਾਰੀਆਂ ਨਾਲ ਮੀਟਿੰਗ ਨਹੀਂ ਕੀਤੀ, ਅਤੇ ਇਹਨਾਂ ਨੇ ਅਗਲੇ ਦਿਨ ਝੱਕ ਕੇ ਕਹਿੰਦਾ ਨਹੀਂ ਜੀ ਨਹੀਂ, ਆਹ ਸਾਡਾ ਸੈਸ਼ਨ ਚੱਲ ਰਿਹਾ। ਸੈਸ਼ਨ ਕੀ ਹੁੰਦਾ? ਸਭ ਡਰਾਮੇ ਹੁੰਦੇ, ਉਹ ਅੰਮ੍ਰਿਤਸਰ ਬੁਲਾ ਲਏ ਵਪਾਰੀ, ਉੱਥੇ ਵਪਾਰੀ ਨੂੰ ਹੀ ਕੁੱਟੀ ਜਾਂਦੇ ਆ। ਕਦੇ ਮੋਗੇ ਦੇ ਵਿੱਚ ਸਾਡੇ ਜਵੈਲਰ ਨੂੰ ਦੁਕਾਨ 'ਤੇ ਬੈਠੇ ਨੂੰ ਮਾਰ ਕੇ ਚਲੇ ਜਾਂਦੇ ਆ, ਕਦੇ ਸਾਡੇ ਘਰਾਂ ਜਾ ਕੇ ਸਾਡੇ ਬੱਚਿਆਂ ਦੇ ਧੀਆਂ ਦੇ ਮੋਬਾਈਲ ਖੋ ਕੇ ਲੈ ਜਾਂਦੇ ਆ, ਪਰਸ ਖੋ ਕੇ ਲੈ ਜਾਂਦੇ ਆ। ਅਸੀਂ ਰੋਜ਼ ਜਾ ਕੇ ਇਹਨਾਂ ਦੇ ਅੱਗੇ ਸਿਆਪਾ ਕਰਕੇ ਆ ਜਾਂਦੇ ਹਾਂ, ਉਦੋਂ ਬਾਅਦ ਇਹ ਚੁੱਪ ਕਰਕੇ ਫਿਰ ਝਾੜ ਕੇ ਰੱਖ ਦਿੰਦੇ ਆ। ਜਿੱਦਣ ਅਸੀਂ ਫੜ ਕੇ ਕਿਸੇ ਨੂੰ ਢਾ ਲੈਂਦੇ ਹਾਂ, ਉਦਣ ਇਹ ਕਹਿੰਦੇ ਤੁਸੀਂ ਬੇਟਾ ਕਾਨੂੰਨ ਆਪਣੇ ਹੱਥ 'ਚ ਕਿਵੇਂ ਲੈ ਲਿਆ। ਉਹ ਇਹਨਾਂ ਨੇ ਆਪਣੇ ਘਰੇ ਬੈਠ ਕੇ ਇੱਕ ਬੰਦ ਕਮਰੇ 'ਚ ਬਦਲਾਵ ਕਰਕੇ ਦਿਖਾ ਤਾ, ਅਤੇ ਉਦੋਂ ਬਾਅਦ ਅਖਬਾਰਾਂ 'ਚ ਲਿਖ ਦਿਖਾਈ ਜਾਂਦੇ, ਕਹਿੰਦੇ ਮੇਰਾ ਇਲਾਜ ਫ੍ਰੀ ਆ, ਮੈਂ ਦੰਦ ਆਪਣੇ ਠੀਕ ਕਰਾਉਣ ਵਾਲਾ, ਮੈਨੂੰ ਕੋਈ ਹਸਪਤਾਲ 'ਚ ਲੈ ਚੱਲੇ, ਮੈਨੂੰ ਅੱਜ ਦੇ ਤੁਹਾਡੇ ਅੱਗੇ ਮੈਂ ਚੈਲੇਂਜ ਕਰਦਾ। ਉਹਨਾਂ ਨੇ ਮੈਨੂੰ ਇਹ ਕਿਹਾ ਜੀ ਅੱਜ ਤੱਕ ਗਵਰਨਰ ਆਏ ਵੀ ਸੀਗੇ ਇੱਕ ਦਿਨ ਪਹਿਲੇ, ਅਤੇ ਉੱਧਰ ਕਰਕੇ ਸਾਰੀ ਪੁਲਿਸ ਉੱਧਰ ਲੱਗੀ ਵੀ ਸੀ ਜੀ ਉਹਦਾ। ਉਹ ਯਾਰ ਗਵਰਨਰ ਸਾਹਿਬ ਆਏ ਸੀ ਕੋਈ ਗੱਲ ਨਹੀਂ, ਪਰ ਸਾਰਾ ਵਪਾਰੀਆਂ ਦੇ ਸਿਰ 'ਤੇ ਹੀ, ਟੈਕਸਾਂ ਦੇ ਸਿਰ 'ਤੇ ਹੀ ਚੱਲਦਾ, ਘੱਟੋ ਘੱਟ ਉਹ ਚੀਜ਼ ਨੂੰ ਤਾਂ ਬਚਾ ਕੇ ਰੱਖ ਲਓ। ਸਰਕਾਰ, ਪ੍ਰਸ਼ਾਸਨ, ਅਮਨ ਕਾਨੂੰਨ ਜਿਹੜੀ ਹੈ ਸਥਿਤੀ ਬਹਾਲ ਰੱਖਣ ਦੇ ਵਿੱਚ ਫੇਲ ਹੋ ਚੁੱਕਿਆ। ਕਿਸੇ ਵੀ ਪਾਰਟੀ ਦਾ ਕੋਈ CM ਵਗੈਰਾ ਕੋਈ ਨਿਕਲਦਾ ਹੁੰਦਾ ਸੀ, ਕੋਈ ਮੰਤਰੀ ਨਿਕਲਦਾ ਸੀ, ਲਹਿਰਾਂ ਲੱਗ ਜਾਂਦੀਆਂ ਸੀਗੀਆਂ, ਅਤੇ ਅੱਜ ਕੋਈ ਮੰਤਰੀ ਆ ਜੇ ਮੈਨੂੰ 10 ਬੰਦੇ ਤਾਂ ਇਹਨਾਂ ਦੇ ਨਾਲ ਨਹੀਂ ਦੇਖਦੇ। ਇਹੋ ਜਿਹਾ ਬਦਲਾਵ ਦੇਖਿਆ ਸੀਗਾ, ਜਿਵੇਂ ਕਹਿੰਦੇ ਸੀ ਨਾ ਸਾਡੇ ਨਾਲ ਕੋਈ ਗਨਮੈਨ ਨਹੀਂ ਹੋਊਗਾ, ਅੱਜ ਇਕੱਲੇ ਗਨਮੈਨ ਹੀ ਰਹਿ ਗਏ, ਇਹਨਾਂ ਨਾਲ ਬੰਦਾ ਤਾਂ ਕੋਈ ਹੁੰਦਾ ਹੀ ਨਹੀਂ। ਕੱਲ੍ਹ ਵਪਾਰੀ ਦੇ ਕਤਲ ਤੋਂ ਬਾਅਦ ਬਠਿੰਡਾ ਬੰਦ ਦਾ ਸੱਦਾ ਦਿੱਤਾ ਗਿਆ ਸੀ, ਤਾਂ ਉਹ ਬਠਿੰਡਾ ਬੰਦ ਦੇ ਸੱਦੇ ਦੇ ਚੱਲਦਿਆਂ ਅੱਜ ਵਪਾਰੀਆਂ ਵੱਲੋਂ ਬਠਿੰਡੇ ਨੂੰ ਬੰਦ ਕਰਕੇ ਬਠਿੰਡਾ ਦੇ ਪ੍ਰਸਿੱਧ ਹਨੂੰਮਾਨ ਚੌਂਕ ਦੇ ਵਿੱਚ ਧਰਨਾ ਦਿੱਤਾ ਗਿਆ ਹੈ। ਧਰਨੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵਪਾਰੀ ਪਹੁੰਚੇ ਹੈ ਅਤੇ ਨਾਅਰੇਬਾਜ਼ੀ ਕਰ ਰਹੇ ਆ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼। ਇੱਕੋ ਹੀ ਮੰਗ ਹੈ ਕਿ ਸਰਕਾਰ, ਪ੍ਰਸ਼ਾਸਨ, ਅਮਨ ਕਾਨੂੰਨ ਜਿਹੜੀ ਹੈ ਸਥਿਤੀ ਬਹਾਲ ਰੱਖਣ ਦੇ ਵਿੱਚ ਫੇਲ ਹੋ ਚੁੱਕਿਆ। ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਇਹ ਕਹਿੰਦੇ ਨੇ ਕਿ 3 ਕਰੋੜ ਪੰਜਾਬੀਆਂ ਦੀ ਜ਼ਿੰਮੇਵਾਰੀ ਉਹਨਾਂ ਦੇ ਸਿਰ 'ਤੇ ਹੈ, 3 ਕਰੋੜ ਪੰਜਾਬੀ ਉਹਨਾਂ ਦਾ ਪਰਿਵਾਰ ਹੈ, ਪਰ ਉਹਨਾਂ ਦੇ ਪਰਿਵਾਰ ਦੇ ਵਿੱਚ ਬੀਤੇ ਕੱਲ੍ਹ ਇੱਕ ਗੋਲੀ ਚੱਲੀ ਹੈ, ਇੱਕ ਵਪਾਰੀ ਦਾ ਕਤਲ ਹੋਇਆ। ਉਹ ਕਤਲ ਤੋਂ ਬਾਅਦ ਹਾਲੇ ਤੱਕ ਮੁੱਖ ਮੰਤਰੀ ਦੀ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਆਉਂਦੀ। ਇੱਥੇ ਧਰਨਾ ਲੱਗਿਆ ਹੋਇਆ, ਧਰਨੇ ਦੇ ਵਿੱਚ ਵੀ ਇਹ ਵੀ ਗੱਲ ਚੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਕੋਈ ਵੱਡੇ ਲੀਡਰ ਨਹੀਂ ਪਹੁੰਚੇ। ਜਗਰੂਪ ਸਿੰਘ ਗਿੱਲ ਕੱਲ੍ਹ ਆਉਂਦੇ ਆ, ਉਸ ਤੋਂ ਬਾਅਦ ਉਹਨਾਂ ਦਾ ਜਿਹੜੇ ਆ ਚਲੇ ਜਾਂਦੇ ਆ, ਤਾਂ ਲੋਕਾਂ ਦੇ ਮਨ ਦੇ ਵਿੱਚ ਉਹਨਾਂ ਪ੍ਰਤੀ ਰੋਹ ਵੀ ਹੈ, ਗੁੱਸਾ ਵੀ ਹੈ ਕਿ ਉਹ ਆਏ, ਪਰ ਉਸ ਤੋਂ ਬਾਅਦ ਨਾ ਤਾਂ ਕੋਈ ਗੱਲਬਾਤ, ਨਾ ਕੋਈ ਐਕਸ਼ਨ, ਨਾ ਕੋਈ CM ਦਾ ਬਿਆਨ, ਨਾ ਕੋਈ ਮੰਤਰੀ ਦਾ ਬਿਆਨ, ਕਿਸੇ ਤਰੀਕੇ ਦਾ ਕੋਈ ਵੀ ਜਿਹੜਾ ਬਿਆਨ ਨਹੀਂ ਦਿੱਤਾ ਗਿਆ। ਪੰਜਾਬ ਦੇ ਵਿੱਚ ਆਏ ਦਿਨ ਕਿਤੇ ਨਾ ਕਿਤੇ ਗੈਂਗਵਾਰ, ਕਿਤੇ ਗੋਲੀ, ਕਿਸੇ ਤਰੀਕੇ ਨਾਲ ਵਪਾਰੀ ਦਾ ਕਤਲ, ਇਹ ਪੰਜਾਬ ਦੇ ਵਿੱਚ ਹਰ ਰੋਜ਼ ਵਰਗੀਆਂ ਘਟਨਾਵਾਂ ਹੋ ਚੁੱਕੀਆਂ ਨੇ, ਪਰ ਪੰਜਾਬ ਦੇ ਗ੍ਰਹਿ ਮੰਤਰੀ
भगवान सिंह मान जिन्हों को महकमा है वह इस मुद्दे के उत्ते चुप क्यों बैठे ने, यह गल वार वार लोगों को खड़क रही है क्योंकि वो हर गल उत्ते ट्वीट करते हैं, हर गल उत्ते टिचर करते हैं, 1 नवंबर वाली वो थापियां मार रहे हैं, पर पंजाब की जमीनी हकीकत की है तुहानू दिखा दें। बठिंडा दे मेन बाजार है सारे जिहड़े आ बंद पए आ, चाहे इधर माल रोड होवे चाहे उस तो अगे किकर बाजार धोबी बाजार, सारिआं दे विच व्यापारियों के मन दे विच डर भी है रोस भी है कि जेकर इस तरीके नाल चलता रहा तो व्यापार किवें होवेगा, लोगों के मन दे विच डर है। तो तस्वीरां तुसीं देख सकदे हो कि वड्डी गिणती दे विच लोग इत्थे पहुंचे है, सरकार नूं सवाल कर रहे हैं, सरकार ते मुर्दाबाद दे नारेबाजी कर रहे हैं। गलबात करदे आ साडे नाल प्रधान जी ने, किवें देखदे हो जी जिहड़ी इह कल घटना वापरदी है, सारे मामले नूं किवें देख? देखो जी घटना तो कल वापरी है लेकिन दिखण पहले ही लग गई सी, ये चीज़ों बारे असी प्रशासन नूं बहुत बारी सुचेत करके आए सीगे, पर साडा प्रशासन जिहड़ा है किहो जी कहिंदे ने कुंभकरण वाली नींद सुत्ता पै, मेरी गल कुंभकरण रावण तां तां चले गए पर प्रशासन नूं हजे तक भी नींद नहीं आई। ये नींद कदों खुलूगी, किन्ने बंदे होर लैके जाऊगी सानू नहीं पता, कदे मोगे दे विच साडे ज्वैलर नूं दुकान ते बैठे नूं मार के चले जाते हैं, कदे साडे घरें जाके साडे बच्चों के धियां के मोबाइल खो के ले जाते हैं, पर्स खो के ले जाते हैं, असी रोज़ जाके इन्हां दे अगे स्यापा करके आ जाने, उदू बाद चुप करके फिर झाड़ के रख देंगे, जिदन असी फड़ के किसी ढा लें उदने कह देंगे तुम प्रशासन अपने हथ अपना जिहड़ा कानून अपने हाथ से किवें लै लिया। ये चीज़ा देख के अज साडा जिहड़ा जीना दुश्वार हो चुका है, सानू ऐ नहीं समझ आती भी असी गल्लां सुणदे हुंदे सीगे भी पाकिस्तान च ऐ हुंदा जी, अज सानू पंजाब च ये चीज़ां दिख गईआं। आ 2 दिन पहले साडे मुख्यमंत्री साहब पता नहीं किहो जिहे बयान लाई जांदे आ भी देखो जी असी पंजाब नूं तां सुधारता, ये मुख्यमंत्री दे साडे बयान है, पंजाब तां सुधर गया हुण असी पूरे देश नूं सुधारन चले आ। वो यार रब दी खैर मनो, ये देश नूं ना कर दिओ इहो जिहा, कितें उहीं ना मार दिओ सानू, ये चीज़ों तो असी बचा के रखो। ये गूंगी बोली सरकार ने साडा जीना इत्थे हराम वो कहिंदा दुश्वार कर रख्या, साडा मेला 6 महीने पहले आ दोस्त साडा व्यापारियों की आवाज़ वास्ते साढ़े नाल तुरदा हुंदा सीगा और अपने अंदरों उन्हूं लगता हुंदा सीगा भी यार किसे मेरे नाल धक्का ना कर जे यार, मैनूं लगता है जी कपूर जी आ कर जाणगे, पर ये चीज़ जिहड़ी है अज सानू वो कहिंदा ना दिलों अंदरों रो के कहना पै रहा कि यह सरकार फिर धक्का कर रही है और धक्का जिहड़ा है साढ़े व्यापारी सहन वास्ते सारी जिंदगी तो बने हैं तो बने हो ही भी जा रहे हैं, पर असी कोशिश कर रहे हैं कि आने वाले टाइम के एकजुट होइए, इकट्ठे हो के ये जी गूंगी बोली सरकार की नींद उठाइए और इस प्रशासन को कहिए कि साढ़े व्यापारियों के टैक्सा से तुम चलते हो और जिहड़ियां सरकारां जिहड़ियां व्यापारियों के सैकटा टैक्सा से चलदियां जिहड़ियां रीढ़ की हड्डी व्यापारियों मानदियां अज वो रीढ़ की हड्डी भुल के उन्होंने ना कहिंदे खाब ख्यालां जो कुर्सी मिल जाती है ना तो ये चीज़ा खत्म हो जाए, वास्ते इन्हों लिया की लड़ पैनी है, जब तक ये नहीं आएंगे असी अपना जिहड़ा मुजहरा चलाते रहेंगे। प्रधान जी कतल इन्ने बेखौफ ने कि महज 20-25 फुट से इतने पुलिस खड़ी थी तो पता कि पूरा दिन पुलिस इतने मुस्तैद होंगी, उस तो बाद भी दिन दिहाड़े खासकर उस वे जिस वे क्राउड सब तो वध हुंदा सी 6:30 दा समा तो उस वे बेखौफ इदा ही गोलियां मार के तुर गए सवेरे अपना शामी 6:30 की तुम गल कर रहे हो, सवेरे 11 बजे दुकान पर आ गए जी 10:45 बजे शरेआम शहर का हार्ट ऑफ द सिटी जिहड़ा आपां किक्कर बाजार कह दिए बाबा राम वाली मंदिर वाली गली कह दिए उस दुकान दे विच उस चक्कर च असीं SSP साहब नूं मिल के अपना मेमोरेंडम भी दे के आए हैं भी तुहाडी पुलिस है, उन्होंने मैनूं इह कहा जी अज तक गवर्नर आए भी सीगे 1 दिन पहले तो उधर करके सारी पुलिस उधर लगी हुई सी जी, उधर वो यार गवर्नर साहब आए सी कोई गल नहीं, पर घट्टो घट साडे लोगों के सिर ते गवर्नर साहब ही कोई भी सरकार होवे जिहदे भी सरकार का लेना देना हुंदा सारा व्यापारियों के सिर ते ही टैक्सा के सिर ते ही चलता है, घट्टो घट उस चीज़ नूं तां बचा के रख लो, पर समझ नहीं आती है सरकार के दिमाग से की बनया वै की इन्हों सोचा वै इन्होंने या इन्हों लगता भी एक बार आ गए दूबा तो असं आना ही नहीं तो फिर यही चीज़ देख के साडे बदलाव कहिंदे सी बदलाव आया बदलाव हाँ बदलाव आ गया बहुत वधिया बदलाव आया इन्होंने जिहड़ियां इश्तिहार लाए जिहड़ियां चीज़ां लाइया वह इन्होंने अपने घर बैठ के एक बंद कमरे बदलाव करके दिखाता तो उदू बाद अखबारों में लिख लिख दिखाई देते कहते मेरा इलाज फ्री है मैं दंद अपने ठीक कराने वाला मैं कोई हस्पताल लै चले मैं अज्जे तो अगे मैं चैलेंज कर दा ये कहते सारा कुछ फ्री है मैंने कोई अखा का ऑपरेशन मैं करा खड़ा मेरा करवा दो किसी अखबार हस्पताल से लिया के करा दो ये कहते लखा रुपये से करी जाने मैं कहना 5 रुपये का भी किसी जगह से फ्री मिलता हो मैं दिखा दो सब ड्रामे करी जाते पोचे मार मार के अपने कहना नाम तो तुम लिख ले सरकार जी अच्छ कही ना तुहाडे कोल आ सरकार ने 70 साल कुछ नहीं करया वो यार जिहड़ी स्टेज पर खड़ के कही ना उस स्टेज भी वो पिछली सरकार ने बनाई सी जिहड़े हैलीकॉप्टर से तुम तुरे फिरते हो वो सरकार ने पिछली सरकार के लिए हते हुए है जिहड़े हैलीपैड से तुम उतरे ना थोड़े तो हैलीपैड ही नहीं बने अज तक तुम होर की गल्लां करोगे अज उस जगह पर पोचे मार के अपना नाम लिख के लाई बैठे हो ये कोई बदलाव नहीं आता लोग दिलों से सोची बैठे ये खुश हो जाते भी सानू 26 जनवरी सारा स्टेडियम खाली पाया हों का बदलाव है यार ये
ਇੱਥੇ ਕਦੇ ਕਿਸੇ ਵੀ ਪਾਰਟੀ ਦਾ ਕੋਈ CM ਸੌਰੀ CM ਵਗੈਰਾ ਕੋਈ ਨਿਕਲਦਾ ਹੁੰਦਾ ਸੀ, ਕੋਈ ਮੰਤਰੀ ਨਿਕਲਦਾ ਸੀ, ਲਹਿਰਾਂ ਲੱਗ ਜਾਂਦੀਆਂ ਸੀਗੀਆਂ। ਅਤੇ ਅੱਜ ਕੋਈ ਮੰਤਰੀ ਆ ਜੇ ਮੈਨੂੰ 10 ਬੰਦੇ ਤਾਂ ਇਹਨਾਂ ਦੇ ਨਾਲ ਨਹੀਂ ਦੇਖਦੇ, ਇਹੋ ਜਿਹਾ ਬਦਲਾਵ ਦੇਖਿਆ ਸੀਗਾ। ਹਾਂ ਇਹ ਕਹਿੰਦੇ ਸੀ ਬਦਲਾਵ ਨਹੀਂ ਹੋਊਗਾ, ਪਰ ਪੁਲਿਸ ਵਾਲੇ ਜਿਵੇਂ ਕਹਿੰਦੇ ਸੀ ਨਾ ਸਾਡੇ ਨਾਲ ਕੋਈ ਗਨਮੈਨ ਨਹੀਂ ਹੋਊਗਾ, ਅੱਜ ਇਕੱਲੇ ਗਨਮੈਨ ਹੀ ਰਹਿ ਗਏ, ਇਹਨਾਂ ਨਾਲ ਬੰਦਾ ਤਾਂ ਕੋਈ ਹੁੰਦਾ ਹੀ ਨਹੀਂ ਇਹਨਾਂ ਨਾਲ। ਚੈਲੇਂਜ ਕਰਦਾ ਕਦੇ ਵੀ ਕਿਸੇ ਜਗ੍ਹਾ 'ਤੇ ਫੋਟੋ ਪਾ ਦੇਣ, ਇਹ ਦਿਖਾ ਦੇਣ ਵੀ ਹਾਂ ਦੇਖੋ ਜੀ ਆਹ ਗੱਲ ਹੈਗੀ ਹੈ। ਅੱਜ ਤੁਸੀਂ ਦੇਖੋ ਕੱਲ੍ਹ ਦਾ ਹਾਲਾਤ ਹੋਇਆ, ਸਾਡੇ ਸ਼ਹਿਰ ਦੇ ਵਿੱਚ ਇੱਕ MLA, ਉਹ ਤੋਂ ਬਾਅਦ ਸੱਤ ਸਾਡੇ ਉਹ ਕੀ ਕਹਿੰਦੇ ਹੁੰਦੇ ਤੁਹਾਡੇ ਬਣਾਏ ਇਹਨਾਂ ਨੇ ਕੀ ਚੇਅਰਮੈਨ ਬਣਾਏ, ਕੈਬਨਿਟ ਮੰਤਰੀ ਹੈ, ਕੋਈ ਸਟੇਟ ਮੰਤਰੀ ਕੁਛ ਹੋਰ ਬਣਾਇਆ। ਅਤੇ ਮੈਨੂੰ ਨਹੀਂ ਲੱਗਦਾ ਅੱਜ ਕਿਸੇ ਵੀ ਕੋਈ ਉਹਦੇ ਘਰੇ ਯਾਰ ਜਿਹਦੇ ਘਰੇ ਬੰਦਾ ਮਾਰਿਆ, ਇਹਦਾ ਮਤਲਬ ਤੁਸੀਂ ਤਾਂ ਨਹੀਂ ਮਾਰਿਆ ਯਾਰ, ਤੁਸੀਂ ਘੱਟੋ ਘੱਟ ਅਫਸੋਸ ਕਰਨ ਤਾਂ ਆਓ ਯਾਰ। ਲੋਕ ਦੁਨੀਆ ਪਿੱਟ ਬਾਹਰੋਂ ਆਈ ਜਾਂਦੇ ਆ ਅਤੇ ਆਪਾਂ ਘਰੇ ਬੈਠ ਕੇ ਲੁਕੀ ਬੈਠੇ ਯਾਰ, ਇਹਦਾ ਮਤਲਬ ਫਿਰ ਸਾਫ਼ ਦਿਖਦਾ ਫਿਰ ਸਾਨੂੰ ਸਰਕਾਰ। ਜੇ ਤੁਸੀਂ ਆ ਕੇ ਸਾਡੇ ਨਾਲ ਪਿੱਟੋਗੇ ਤਾਂ ਅਸੀਂ ਕਹਾਂਗੇ ਨਾ ਚੱਲੋ ਯਾਰ ਆਪਾਂ ਜਾ ਕੇ ਸਰਕਾਰ ਨੂੰ ਕਹੀਏ, ਜੇ ਤੁਸੀਂ ਨਹੀਂ ਆਉਂਦੇ ਤਾਂ ਫਿਰ ਅਸੀਂ ਇਹੀ ਸਮਝਾਂਗੇ ਨਾ ਵੀ ਬਦਲਾਅ ਬਹੁਤ ਵਧੀਆ ਲਿਆ ਕੇ ਦਿੱਤਾ ਯਾਰ ਤੁਸੀਂ, ਤੁਸੀਂ ਆਪਣੇ ਘਰੇ ਬੈਠੇ ਹੋ, ਬਹੁਤ ਵਧੀਆ ਬਦਲਾਅ ਸਾਡਾ ਆਇਆ ਵਿਆ, ਸਾਡੇ ਘਰ ਦੇ ਜਵਾਕਾਂ ਨੂੰ ਤੁਸੀਂ ਮਾਰੀ ਜਾਂਦੇ ਹੋ, ਇਸ ਤੋਂ ਵਧੀਆ ਹੋਰ ਬਦਲਾਅ ਕੀ ਪਾ ਲੱਗਦਾ ਫਿਰ? ਇਹ ਆਮ ਲੋਕਾਂ ਦੀ ਸਰਕਾਰ ਆ, ਆਮ ਲੋਕਾਂ ਦੀ ਸਰਕਾਰ ਨਹੀਂ ਹੈ ਜੀ, ਇਹ ਖਾਸ ਲੋਕ ਹੈ ਜਿਹੜੇ ਆਮ ਲੋਕ ਕਹਿ ਕੇ ਆ ਚੁੱਕੇ ਆ, ਲੇਕਿਨ ਹੁਣ ਜਾਣ ਲੱਗੇ ਇਹ ਆਮ ਬਣ ਕੇ ਜਾਣਗੇ, ਇਹ ਪੱਕੀ ਗੱਲ ਹੈ। ਇੱਕ ਗੱਲ ਦੱਸਿਓ, ਭਗਵੰਤ ਸਿੰਘ ਮਾਨ ਨਿੱਕੀ ਨਿੱਕੀ ਗੱਲ ਦੇ ਉੱਤੇ ਟਿੱਚਰ ਕਰਦੇ, ਸੁਖਬੀਰ ਬਾਲ ਦੀ ਫੋਟੋ ਪਾਤੀ ਹੋਲੀ ਖੇਡਦੇ ਦੀ, ਇੱਕ ਵਪਾਰੀ ਦਾ ਕਤਲ ਹੋ ਗਿਆ, ਹਾਲੇ ਤੱਕ ਕੋਈ ਪੋਸਟ ਨਾ ਪਾਏ ਜਾਣਾ, ਕਿਵੇਂ ਦੇਖਦੇ ਹੋ? ਕਿ ਸੀਰੀਅਸ ਨਹੀਂ ਲੈ ਰਹੇ ਕੋਈ ਵਪਾਰੀ ਦੇ ਕਤਲ ਨੂੰ, ਮੰਨਦੇ ਨਹੀਂ ਵੀ ਕੋਈ ਵੱਡੀ ਗੱਲ ਨਹੀਂ, ਏਡੀ ਕੋਈ ਹੋ ਗਿਆ ਤਾਂ ਹੋ ਗਿਆ। ਇਹ ਹਰ ਵਾਰੀ ਇਹਦਾ ਨਾ ਇੱਕ ਚੁਟਕਲੇ ਵਾਲੀ ਸਰਕਾਰ ਤਾਂ ਹੈਗੀ ਹੈ, ਹਰ ਵਾਰੀ ਬੋਲਣ ਦਾ ਜਿਵੇਂ ਕਹਿੰਦੇ ਆਮ ਆਪਾਂ ਗੱਲ ਕਰ ਦਿੰਦੇ ਹਾਂ ਵੀ ਇਹਨੂੰ ਬੋਲਣ ਦੀ ਆਦਤ ਬੜਾ ਹਿਸਾਬ ਜਿਹਾ ਹੈਗਾ ਜਿਵੇਂ ਬੋਲਣ ਦਾ, ਸਟੇਜ ਨੂੰ ਸੰਭਾਲਣ ਦਾ, ਤਾਂ ਇਹ ਕਹਿ ਦੇਣਗੇ ਉਹ ਯਾਰ ਲੋਕ ਤਾਂ ਤੰਗ ਹੀ ਤਜਰਬੇਕਾਰਾਂ ਤੋਂ ਹੈ। ਆਮ ਤੌਰ 'ਤੇ ਕੋਈ ਸੁਖਬੀਰ ਬਾਦਲ ਜੀ ਜਾਂ ਦੂਜਾ ਕੋਈ ਕੈਪਟਨ ਹੋਵੇ ਜਾਂ ਕੋਈ ਹੋਰ ਹੋਵੇ, ਕੋਈ ਨਾ ਕੋਈ ਸਰਕਾਰ ਵੱਲੋਂ ਮੰਤਰੀ ਵੱਲੋਂ ਕੋਈ ਐਕਸ ਮੰਤਰੀ ਵੱਲੋਂ ਬਿਆਨ ਲਾਇਆ ਜਾਂਦਾ ਵੀ ਇਹਨਾਂ ਨੂੰ ਤਜਰਬਾ ਹੈ ਨਹੀਂ, ਤਾਂ ਇਹਨਾਂ ਦਾ ਇੱਕੋ ਹੀ ਜਵਾਬ ਆ ਜਾਂਦਾ, ਲੈ ਤੰਗ ਹੀ ਤਜਰਬੇ ਵਾਲਿਆਂ ਕਾਰਾਂ ਤੋਂ ਹੈ, ਦੁਖੀ ਤੁਹਾਡੇ ਕੋਲ ਹੈ। ਇਹਨਾਂ ਨੂੰ ਹੱਸ ਕੇ ਕਹਿ ਕੇ ਤਾਂ ਬਹਿ ਜਾਂਦੇ, ਲੇਕਿਨ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਜਿਹੜੇ ਬੰਦੇ ਤੁਹਾਡੀ ਬਾਰੇ ਸੁਣ ਰਹੇ ਹੈ ਨਾ, ਉਹਨਾਂ ਨੂੰ ਪੁੱਛ ਕੇ ਦੇਖੋ ਵੀ ਉਹ ਤੁਹਾਨੂੰ ਕੀ ਕਹਿ ਰਿਹਾ। ਉਹ ਕਹਿੰਦੇ ਪੁੱਤ ਹੁਣ ਇੱਕ ਵਾਰੀ ਤਾਂ ਤੁਸੀਂ ਮੌਕਾ ਲੈ ਲਿਆ, ਦੁਬਾਰਾ ਤੁਹਾਡੇ ਹੱਥ ਨਹੀਂ ਅਸੀਂ ਗਲਤੀ ਕਰ ਸਕਦੇ। ਪੰਜਾਬ ਦਾ ਵਪਾਰੀ ਕਿੰਨੇ ਕੁ ਸਹਿਮ 'ਚ ਹੈ? ਪੰਜਾਬ ਦਾ ਵਪਾਰੀ ਪੂਰੇ ਸਹਿਮ 'ਚ ਹੈ ਜੀ। ਅੱਜ ਪੰਜਾਬ ਦੇ ਵਪਾਰੀ ਨੂੰ ਘਰੋਂ ਨਿਕਲਣਾ ਹੋਵੇ, ਚਾਹੇ ਦੁਕਾਨ 'ਤੇ ਜਾਣਾ ਹੋਵੇ ਅਤੇ ਚਾਹੇ ਦੁਕਾਨ ਤੋਂ ਘਰੇ ਜਾਣਾ ਹੋਵੇ, ਉਹਨੂੰ ਇਹੀ ਲੱਗਦਾ ਵੀ ਪਤਾ ਨਹੀਂ ਕੀ ਹੋਊਗਾ ਆਉਣ ਵਾਲਾ 84 ਵਾਲਾ ਯੁੱਗ ਜਿਹੜਾ ਦੁਬਾਰਾ। 84 ਵੇਲੇ ਵੀ ਇਹੋ ਜਿਹਾ ਦਰਦ ਨਹੀਂ ਹੁੰਦਾ ਸੀਗਾ, ਇਹੋ ਜਿਹਾ ਡਰ ਨਹੀਂ ਹੁੰਦਾ ਸੀ, ਇੱਕ ਆਮ ਲੋਕਾਂ ਦੇ ਵਿੱਚ ਦਹਿਸ਼ਤ ਹੁੰਦੀ ਸੀ ਵੀ ਮੈਂ ਕਿਹੜਾ ਯਾਰ ਇਹਦਾ ਮਤਲਬ ਕਿਸੇ ਮਤਲਬ ਅਲੱਗ ਕੌਮ ਦੇ ਖਿਲਾਫ ਬੋਲਦਾ ਜਾਂ ਮੈਂ ਉਹ ਕਰਦਾ, ਉਦੋਂ ਇੱਕ ਅਲੱਗ ਚੀਜ਼ ਦੀ ਲੜਾਈ ਸੀ, ਇੱਕ ਅਲੱਗ ਸਿਸਟਮ ਸੀਗਾ। ਇਹ ਤਾਂ ਇਹਦਾ ਇਹ ਨਹੀਂ ਪਤਾ ਯਾਰ, ਇਹਦਾ ਬੰਦੇ ਦਾ ਤਾਂ ਕਿਸੇ ਦਾ ਲੈਣਾ ਦੇਣਾ ਹੈ ਨਹੀਂ। ਹਰਜਿੰਦਰ ਸਿੰਘ ਜੋਹਲ ਉਹਦਾ ਮੁੰਡੇ ਦਾ ਨਾਮ ਹੈ ਯਾਰ, ਮੇਲਾ ਉਹਨੂੰ ਕਹਿੰਦੇ ਆ, ਕਲੀਨ ਸ਼ੇਪ ਬੰਦਾ, ਉਹ ਬੰਦੇ ਦਾ ਕੀ ਲੈਣਾ ਦੇਣਾ ਹੋਊਗਾ ਯਾਰ ਦੱਸੋ ਮੈਨੂੰ? ਉਹਨੂੰ ਇਹ ਹੀ ਨਹੀਂ, ਮੈਨੂੰ ਹੀ ਨਹੀਂ ਪਤਾ ਵੀ ਉਹ ਸਰਦਾਰ ਹੈ, ਮੋਨਾ ਹੈ, ਸਿੱਖ ਹੈ, ਕੀ ਹੈ ਯਾਰ, ਉਹ ਬੰਦੇ ਦਾ ਕਿਹਦੇ ਨਾਲ ਕੀ ਰੌਲਾ ਰਹਿਣਾ ਯਾਰ? ਜਿਹੜੇ ਬੰਦੇ ਨੇ ਸਿਰ 'ਤੇ ਪੱਗ ਨਹੀਂ ਬੰਨੀ, ਹਰਜਿੰਦਰ ਸਿੰਘ ਮੇਲਾ ਨਾਮ ਲਿਖੀ ਫਿਰਦਾ, ਔਰ ਉਹ ਬੰਦਾ ਹਰ ਬੰਦੇ ਨੂੰ ਜੱਫੀਆਂ ਪਾ ਪਾ ਕੇ ਮਿਲਦਾ, ਔਰ ਅਣਪਛਾਤੇ ਬੰਦੇ ਆ ਕੇ ਉੱਥੇ ਆ ਕੇ ਗੋਲੀਆਂ ਮਾਰ ਕੇ ਚਲੇ ਜਾਂਦੇ ਯਾਰ। ਇੱਦੂ ਮਾੜਾ ਘਰੇ ਬੈਠੇ ਸ਼ਰਿਆਂ ਇੱਕ ਇੱਕ ਬਾਜ਼ਾਰ ਦੇ ਵਿੱਚ ਤੁਸੀਂ ਕਹੋ, ਮੇਰੇ ਖਿਆਲ ਸਾਰੇ ਮੀਡੀਆ 'ਤੇ ਚੱਲ ਗਿਆ ਹੋਣਾ। ਅੱਜ ਉਹੀ ਮੀਡੀਆ ਦੇ ਵਿੱਚ ਚੱਲਣ ਤੋਂ ਬਾਅਦ ਇਸ ਜੇ ਮੁੱਖ ਮੰਤਰੀ ਨੂੰ ਜਾਂ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਤਾਂ ਫਿਰ ਇਹਨਾਂ ਨੂੰ ਘਰੇ ਛੱਡ ਕੇ ਨਾ, ਉਹ ਕਹਿੰਦੇ ਨਾ ਰਿਜ਼ਾਇਨ ਕਰਕੇ ਘਰੇ ਬਹਿ ਜਾਣਾ ਚਾਹੀਦਾ, ਇਦੂ ਵੱਧ ਕੋਈ ਮਾੜਾ ਨਹੀਂ ਹੋ ਸਕਦਾ, ਬਹੁਤ ਮਾੜਾ ਕੰਮ ਕੀਤਾ। ਇੱਕ ਸਵਾਲ ਹੈ ਜੀ, ਉਹ ਇਹ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਇਹ ਵਪਾਰੀ ਆ ਭਗਵੰਤ ਮਾਨ ਸੱਦਾ ਦੇ ਰਿਹਾ ਬਾਹਰ ਦੇ ਵਪਾਰੀਆਂ ਨੂੰ, ਇੱਕ ਟਾਟਾ ਵਾਲੇ ਆਏ ਆ ਜਾਂ ਉਹ ਕਹਿ ਰਿਹਾ ਕਿ ਗੋਰੇ ਪੰਜਾਬ 'ਚ ਆਉਣਗੇ ਕੰਮ ਕਰਨ ਲਈ, ਕੀ ਜਿਹੜੇ ਹਾਲਾਤ ਆ ਕੀ ਲੱਗਦਾ ਗੋਰੇ ਆਉਣਗੇ? ਸਭ ਦਿਖਾਵੇ ਕੀਤੇ ਆ ਜੀ, ਸਭ ਦਿਖਾਵੇ ਕੀਤੇ ਆ, ਕੋਈ ਗੋਰੇ ਨਹੀਂ ਆਉਂਦੇ, ਕੋਈ ਉਹ ਨਹੀਂ ਆਉਂਦੇ। ਜੇ ਦੋ ਕੰਪਨੀਆਂ ਦਾ ਨਾਮ ਲੈ ਕੇ ਇਹਨਾਂ ਨੇ ਕਹਿਤਾ, ਉਹ ਗੱਲਾਂ ਦੇ ਨਾਲ ਕੋਈ ਤੰਤ ਨਹੀਂ ਹੈ, ਕੋਈ ਉਹ ਨਹੀਂ ਹੈ। ਸਾਨੂੰ ਵੀ ਇਹਨਾਂ ਨੇ ਵਪਾਰੀਆਂ ਨੂੰ ਵੀ ਬਹੁਤ ਝਾਂਸੇ ਦਿੱਤੇ ਸੀਗੇ, ਮੈਂ ਪਿਛਲੇ ਹਫ਼ਤੇ ਵੀ ਚੈਲੰਜ ਕੀਤਾ ਸੀ ਮੀਡੀਆ 'ਤੇ ਇਹਨਾਂ ਨੂੰ, ਮੈਂ ਕਿਹਾ ਯਾਰ ਤੁਹਾਡੀ ਪਹਿਲੀ ਸਰਕਾਰ ਹੈ ਜਿਹੜੀ 2 ਸਾਲਾਂ 'ਚ ਇੱਕ ਵੀ ਵਪਾਰੀਆਂ ਨਾਲ ਮੀਟਿੰਗ ਨਹੀਂ ਕੀਤੀ, ਅਤੇ ਇਹਨਾਂ ਨੇ ਅਗਲੇ ਦਿਨ ਝੱਕ ਕੇ ਕਹਿੰਦਾ ਨਹੀਂ ਜੀ ਨਹੀਂ ਆ ਸਾਡਾ ਸੈਸ਼ਨ ਚੱਲ ਰਿਹਾ। ਸੈਸ਼ਨ ਕੀ ਹੁੰਦਾ? ਸਭ ਡਰਾਮੇ ਹੁੰਦੇ, ਉਹ ਅੰਮ੍ਰਿਤਸਰ ਬੁਲਾ ਲਏ ਵਪਾਰੀ, ਉੱਥੇ ਵਪਾਰੀ ਨੂੰ ਵੀ ਕੁੱਟੀ ਜਾਂਦੇ ਆ, ਹੋਟਲ ਵਾਲੇ ਦੇ ਖਿਲਾਫ ਵੀ ਪਰਚੇ ਕਰੀ ਜਾਂਦੇ ਆ। ਇਹ ਚੀਜ਼ਾਂ ਕੀ ਕਰ ਦਰਸਾਉਂਦੀਆਂ? ਇਹ ਚੀਜ਼ਾਂ ਇਹ ਸ਼ਰੇਆਮ ਦਰਸਾ ਰਹੀਆਂ ਵੀ ਇਹਨਾਂ ਨੂੰ ਅੰਦਰ ਖਾਤੇ ਕੰਮ ਕਰਨ ਦਾ ਕੋਈ ਹਿਸਾਬ ਨਹੀਂ ਹੈ। ਇਹਨਾਂ ਨੂੰ ਜਿੱਥੇ ਜਿਹੜੇ ਪਾਸੋਂ ਤੁਰਨਾ ਹੁੰਦਾ ਉਸੇ ਪਾਸੇ ਨੂੰ ਤੋਰ ਕੇ ਉਹ ਕਰ ਦਿੰਦੇ ਆ। ਅੱਜ ਵਪਾਰੀ ਸਾਰੇ ਇੱਕ ਲਾਈਨ 'ਤੇ ਇਕੱਠੇ ਹੋਏ ਵੇ, ਔਰ ਹਰ ਬੰਦੇ ਨੂੰ ਪਤਾ ਵੀ ਇਹ ਸਾਡੇ ਨਾਲ ਧੱਕਾ ਕਰ ਰਹੇ, ਦੁਬਾਰਾ ਜ਼ਿਆਦਾ ਧੱਕਾ ਨਹੀਂ ਸਵਾਂਗੇ। ਧੰਨਵਾਦ ਜੀ।